ਸਰ ਮਾਰੀ ਮਸਲਾਮ ਅਲੈਕਮ ਮੈਂ ਆਜੀ ਮੁਹੰਮਦ ਸ਼ਫਕਤ ਜੀ ਦੋਸਤੋ ਅੱਜ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਬ੍ਰੈਂਡ ਨਿਊ 125 ਇਸ ਹਾਲਾਤ ਦਾ ਮੋਟਰਸਾਈਕਲ ਇਤਨਾ ਸਾਫ ਸੁਥਰਾ ਮੋਟਰਸਾਈਕਲ ਤੁਸੀਂ ਸਿੰਕੀ ਕਦੀ ਵੇਖਿਆ ਨਹੀਂ ਹੋਣਾ ਗਾਰੰਟੀ ਵਾਲੀ ਗੱਲ ਹੈ ਦੋਸਤੋ ਇਹ ਮੋਟਰਸਾਈਕਲ ਦੋਸਤੋ ਸਾਫ ਸੁਥਰਾ ਬੇਹੱਦ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਹਦੀ ਕਾਰਗਰਕਤੀ ਇਹਦੀ ਪਰਫਾਰਮੈਂਸ ਦੇ ਕੇ ਹੈਰਾਨ ਰਹਿ ਜਾਓ ਸੋ ਮੈਂ ਤੁਹਾਨੂੰ ਮੋਟਰਸਾਈਕਲ ਦਾ ਓਵਰਆਲ ਰਵਈਆ ਕਰਾਨਾ ਤੁਸੀਂ ਹੈਰਾਨ ਹੋ ਜਾਓ ਸੋ ਕਿ ਯਾਰ ਇਹ ਮੋਟਰਸਾਈਕਲ ਕੀ ਚੀਜ਼ ਹੈ ਇਹਨਾਂ ਕਿਸ ਤਰ੍ਹਾਂ ਬਣਾਇਆ ਹੋਇਆ ਤੇ ਕਿੰਨਾ ਸਾਫ਼ ਹੈ ਕਿਸ ਤਰ੍ਹਾਂ ਉਹਨਾਂ ਰੱਖਿਆ ਹੋਇਆ ਤੇ ਆਓ ਮੈਂ ਤੁਹਾਨੂੰ ਅੰਦਰ ਰਵਿਅ ਕਰਨਾ ਨਾਲ ਹੀ ਦੋਸਤੋ ਇਹ ਮੋਟਰਸਾਈਕਲ 13 ਮਾਡਲ ਹੈ ਜਿਸ ਤਰ੍ਹਾਂ ਭਾਈ ਆਸਰ ਸਿੰਧੂ ਸਾਹਿਬ ਸਿੰਧ ਵਲੌਗ ਵਾਲੇ ਪਿਛਲੇ ਦਿਨਾਂ ਚ ਆਪਦੇ ਮਸੇਹਰਾਂ ਦੇ ਮੋਟਰਸਾਈਕਲ ਦਾ ਰਿਵਿਊ ਕਰਾਇਆ ਹੈ ਨਾ ਤੇ ਇਹ ਵੀਡੀਓ ਬਿਲਕੁਲ ਬਈਆ ਸਾਹਿਬ ਨੂੰ ਟੈਗ ਹੈ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਇਹ ਮੋਟਰਸਾਈਕਲ ਦਾ ਵੀ ਅਸੀਂ ਰਿਵਿਊ ਕੀਤਾ ਤੋ ਚੈੱਕ ਕਰੋ ਕਿ ਕਿਹੜਾ ਮੋਟਰਸਾਈਕਲ ਜ਼ਿਆਦਾ ਸਾਫ਼ ਸੁਥਰਾ ਹੈ ਔਰ ਕਹਿੰਦੀ ਪਰਫਾਰਮੈਂਸ ਜ਼ਬਰਦਸਤ ਹੈ ਔਰ ਪਿਆਰੀ ਹੈ ਦੋਸਤੋ ਤੋ ਓਵਰ ਆਲ ਇਨ ਦਾ ਵਿਊ ਸ਼ੇਪ ਇਨ ਦੀ ਕੁਛ ਇਸ ਤਰ੍ਹਾਂ ਹੈ ਸਭ ਤੋਂ ਪਹਿਲੇ ਆਪਾਂ ਸਟਾਰਟ ਕਰਨੇ ਆ ਜਨਾਬ ਇਹਦੇ ਫਰੰਟ ਵਾਲੀ ਸੇ ਤੋ ਲਓ ਸਰ ਸ਼ਾਖਾ ਤੁਸੀਂ ਸ਼ਾਖਾ ਸਾਰੀਆਂ ਚੈੱਕ ਕਰ ਲੋ ਮਜਾਲ ਵਾਲੀ ਗੱਲ ਹੈ ਕਿ ਦੂ ਕੋਈ ਸੀ ਲੀਕ ਹੋਵੇ ਜਾਂ ਕੋਈ ਚੀਜ਼ ਐਸੀ ਹੋਵੇ ਬਿਲਕੁਲ ਸਾਫ਼ ਸੁਥਰਾ ਮਿੱਟੀ ਤਾਂ ਸੀਸ ਤੇ ਕਦੀ ਪੈਣੀ ਨਹੀਂ ਨਾ ਦਿੱਤੇ ਚੈੱਕ ਕਰੋ ਤੇ ਨਾਲ ਹੀ ਤੁਸੀਂ ਜਨਾਬ ਵਾਲੀ ਵੇਖੋ ਮੀਟਰ ਚਾਬੀ ਤਾਂ ਸੀ ਕਦੀ ਲਾਈ ਨਹੀਂ ਸਾਨੂੰ ਜ਼ਰੂਰਤ ਨਹੀਂ ਪਈ ਸ਼ਾਈ ਨਾ ਉਸ ਤੋਂ ਬਾਅਦ ਜੇ ਤੁਸੀਂ ਹਾਂਜੀ ਇੰਜਨ ਦੇ ਰਿਵਿਊ ਕਰੋ ਇਹਦੇ ਵਿੱਚ ਇੰਜਨ ਬਾਈ 240 ਦੇ ਨਾ ਫਿਟ ਕਰਾਇਆ ਹੋਇਆ ਮੈਂ ਸਿੱਧਾ ਕਿਉਂਕਿ ਇਹਦੇ ਬਹੁਤ ਸਾਰੇ ਪਰਪਸ ਵਾਸਤੇ ਅਸੀਂ ਇਸਤੇਮਾਲ ਕਰਨੇ ਆ ਖਾਦ ਵਾਸਤੇ ਰੇੜੀ ਵਾਸਤੇ ਪੱਠਿਆਂ ਵਾਸਤੇ ਸਪਰੇਅ ਲੈ ਆਉਣਾ ਉਹਦੇ ਵਾਸਤੇ ਕੋਈ ਵੀ ਕੰਮ ਜਿਹੜਾ ਇਹ ਕਰ ਸਕਦਾ ਨਾ ਅਸੀਂ ਇਸ ਤੋਂ ਲੈ ਰਹੇ ਹਾਂ ਇਹਦੀ ਬੈਕ ਸਾਈਡ ਦਾ ਤੁਸੀਂ ਰਿਵਿਊ ਕਰੋ ਪੈਦਾਨ ਬਿਲਕੁਲ ਉਸ ਤੋਂ ਬਾਅਦ ਜੇ ਤੁਸੀਂ ਥਲਿਓਂ ਵੇਖੋ ਮਿੱਟੀ ਨਾਲ ਦੀ ਚੀਜ਼ ਤਾਂ ਤੁਹਾਨੂੰ ਇਸ ਮੋਟਰਸਾਈਕਲ ਤੇ ਨਜ਼ਰ ਨਹੀਂ ਆਉਣੀ ਉਸ ਤੋਂ ਬਾਅਦ ਜੀ ਬੈਕ ਲਾਈਟ ਕਦੀ ਜ਼ਰੂਰਤ ਨਹੀਂ ਪਈ ਸ਼ਾਇਦ ਆਪਨ ਲਵਾਉਣ ਦੀ ਹਾਂਜੀ ਚੈੱਕ ਕਰੋ ਦੋਸਤੋ ਤੇ ਦੋਈ ਸਾਈਡ ਤੁਸੀਂ ਵੇਖੋ ਹਾਂਜੀ ਪੈਦਾਨ ਬਿਲਕੁਲ ਕੋਈ ਨਹੀਂ ਪੈਰ ਰੱਖਣ ਵਾਲਾ ਨਾ ਨਾ ਕਿੱਕ ਜੁਗਾਲ ਲੱਗੋਆ ਕਿੱਕ ਦਾ ਅੰਦਰ ਵਾਲਾ ਸਪਰਿੰਗ ਟੁੱਟ ਗਿਆ ਇਹਦੀ ਵਜ੍ਹਾ ਤੋਂ ਜਨਾਬ ਅਸੀਂ ਜੁਗਾੜ ਲਾਇਆ ਚੈੱਕ ਕਰੋ ਉਸ ਤੋਂ ਬਾਅਦ ਜੇ ਬ੍ਰੇਕ ਕੋਈ ਸਪ੍ਰਿੰਗ ਨਹੀਂ ਸਾਨੂੰ ਜ਼ਰੂਰਤ ਨਹੀਂ ਪੇਸ਼ ਆਈ ਹਾਂਜੀ ਬਾਈ ਸ਼ਾਸਿਰ ਸਾਹਿਬ ਚੈੱਕ ਕਰੋ ਮੋਟਰਸਾਈਕਲ ਬ੍ਰੈਂਡ ਨਿਊ ਉਸ ਤੋਂ ਬਾਅਦ ਜੇ ਸਰਵਿਸ ਦੀ ਗੱਲ ਕਰੀਏ ਸਰਵੇਸਟ ਅਸੀਂ ਜਨਾਬੇ ਹਾਲੀ ਬਹੁਤ ਜਲਦ ਕਰਵਾ ਲੈਣੀ ਹੈ ਕਮਸ ਕਮ ਅਗਰ ਅਸੀਂ ਲਾਸਟ ਟਾਈਮ ਤੇ ਪੀਵਨ ਕੋ 7 ਕੁ ਮਹੀਨੇ ਹੋ ਗਏ ਇਹਦਾ ਤੇਲ ਅਸੀਂ ਚੇਂਜ ਕਰਵਾਇਆ ਈ ਸਾਨੂੰ ਇਹਦਾ ਬਹੁਤ ਜ਼ਿਆਦਾ ਖਿਆਲ ਹੈ ਲੈ ਚੈੱਕ ਕਰੋ ਮਿੱਟੀ ਨਾਲ ਦੀ ਤੁਹਾਨੂੰ ਕੋਈ ਚੀਜ਼ ਨਹੀਂ ਨਜ਼ਰ ਆਉਣੀ ਇਸ ਤੇ ਨਾ 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 ਤੋਬਾ ਕਰੋ ਚੈੱਕ ਕਰੋ ਤੇ ਵੇਖੋ ਚੈੱਕ ਕਰੋ ਅਗਰ ਤੁਹਾਡੇ ਕੋਲ ਵੀ ਇਹਦੇ ਨਾਲ ਦਾ ਕੋਈ ਇਸ ਹਾਲਤ ਦਾ ਹੈ ਤਾਂ ਜ਼ਰੂਰ ਸਾਨੂੰ ਤੁਸੀਂ ਦੱਸਣਾ ਨਹੀਂ ਤਾਂ ਮੋੜ ਅਸੀਂ ਇਹਦੀ ਤਾਰੀਫ ਕੀਤੀ ਜਿਸਾ ਕਿਉਂਕਿ ਸਾਡੇ ਕੋਲ ਤਾਂ ਮੋੜ ਬ੍ਰਾਂਡ ਨਹੀਂ ਉਹ ਮੋਟਰਸਾਈਕਲ ਹੈ ਹੀ ਨਾ ਦੋਸਤੋ ਤੋ ਅਗਰ ਹਮਾਰੀ ਵੀਡੀਓ ਅੱਛੀ ਲੱਗੀ ਹੋ ਤਾਂ ਹਮਾਰੇ ਵੀਡੀਓ ਕੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਔਰ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਹਮ ਆਪ ਲੋਗੋ ਕੇ ਲਈ ਇਸ ਤਰ੍ਹਾਂ ਕੀ ਔਰ ਔਰ ਅੱਛੀ ਔਰ ਪਿਆਰੀ ਪਿਆਰੀ ਵੀਡੀਓ ਬਣਾ ਸਕੇ ਮਿਹਰਬਾਨੀ ਅੱਲਾ ਹਾਫਿਜ਼